आवाज़ कॉम टीवी देख रहे हो तुसीं, मैं सनी मान साहब का स्वागत करदा। साडे एक सभ्याचार का अंग बन गया जिहड़ा हुण बरातां जांदियां ने पंजाब दे विच, बरातां जांदियां किसानी झंडे ला के जांदियां। अज्ज भी मैं इत्थे एक ब्याह दे विच पहुंचिया होया, जिहड़ी बरात जा रही है किसानी झंडे ला के जा रहे ने, ते इत्थे पूरे संसार दे विच किसानी संघर्ष फैल गया, हर पासे दी रंग चढ़ी हुई है। अज्ज इहनां नाल गल्लबात करदे आ कि किस तरह के माहौल दे विच जा रहे ने, किस तरह दे प्रबंध कीते जांदे ने। ਭਾਈ ਜੀ, ਕਿਸ ਤਰ੍ਹਾਂ ਤੁਸੀਂ ਜਿਹੜਾ ਕਿਸਾਨੀ ਸੰਘਰਸ਼ ਲੈ ਕੇ ਅੱਜ ਜਾ ਰਹੇ, ਕੀ ਤਿਆਰੀ? ਇਹ ਸਾਡਾ ਜੋ ਕਿ ਆਪਣੇ ਮੋਦੀ ਸਾਹਿਬ ਨੇ ਕਾਲੇ ਬਿੱਲ ਪਾਸ ਕਰੇ ਨੇ, ਉਹਨਾਂ ਦੇ ਵਿਰੋਧ ਵਿੱਚ ਆਪਣੀ ਬਰਾਤ ਦੇ ਗੱਡੀ ਅਤੇ ਕਿਸਾਨੀ ਝੰਡੇ ਲਾ ਕੇ ਜਾ ਰਹੇ ਹਾਂ। ਅਸੀਂ ਉਸ ਨੂੰ ਆਉਣ ਸਮੇਂ ਵੀ ਟਰੈਕਟਰਾਂ ਨੇ ਆਪਣੀ ਬਰਾਤ ਲੈ ਕੇ ਆਉਣਾ। ਠੀਕ ਹੈ, ਧੰਨਵਾਦ। ਹੋਵੇ ਜਿਵੇਂ ਕਿ ਹੁਣ ਹਰ ਪਾਸੇ ਕਿਸਾਨੀ ਝੰਡੇ ਲਾ ਕੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ ਜਾ ਰਿਹਾ, ਤੁਸੀਂ ਵੀ ਅੱਜ ਬਰਾਤ ਝੰਡੇ ਲੈ ਕੇ ਜਾ ਰਹੇ? ਹਾਂਜੀ ਹਾਂਜੀ, ਅਸੀਂ ਕਹਿ ਰਹੇ ਵੀ ਸਾਡੇ ਬੇਟੇ ਦਾ ਵਿਆਹ ਹੈ, ਹਰ ਇੱਕ ਮਾਂ ਬਾਪ ਨੂੰ ਖੁਸ਼ੀ ਹੁੰਦੀ ਆ ਆਪਦੇ ਬੱਚੇ ਦੇ ਵਿਆਹ 'ਤੇ, ਅਸੀਂ ਬਹੁਤ ਖੁਸ਼ ਕਰੀਏ। ਇਸ ਗੱਲੋਂ ਅਸੀਂ ਪਰੇਸ਼ਾਨ ਹਾਂ, ਜੋ ਕੁਛ ਸਾਨੂੰ ਮੋਦੀ ਨੇ ਜੋ ਵੀ ਸਾਡੇ ਨਾਲ ਕਰਿਆ, ਧੱਕਾ ਕਰਿਆ ਬਹੁਤ ਜ਼ਿਆਦਾ ਕਰਿਆ, ਇਸ ਕਰਕੇ ਅਸੀਂ ਨਾ ਕੋਈ ਸਾਡੇ ਢੋਲ ਨਾ ਕੋਈ ਝਬੱਕਾ, ਸਾਡੀ ਸਿੰਪਲ ਜਾਨਣਾ ਅਸੀਂ ਝੰਡੇ ਨਾਲ ਜਾਵਾਂਗੇ। ਇਸ ਗੱਲ ਦਾ ਸਾਡਾ ਮੋਦੀ 'ਤੇ ਵਿਰੋਧ ਹੈ, ਇਸ ਗੱਲ ਦਾ ਵੀ ਅੱਜ ਹਰ ਇੱਕ ਬੱਚੇ ਦਾ ਵਿਆਹ ਇਸੇ ਤਰ੍ਹਾਂ ਹੀ ਹੋ ਰਿਹਾ। ਜੇ ਮੋਦੀ ਨੇ ਕਾਲੇ ਕਾਨੂੰਨ ਰੱਦ ਨਾ ਕਰੇ ਤਾਂ ਸਾਨੂੰ ਇਹ ਕੁਛ ਵੀ ਨਹੀਂ ਕਰਨਾ ਪੈਣਾ, ਮੈਨੂੰ ਲੱਗਦਾ ਸਾਡੇ ਬੱਚੇ ਵੀ ਇਸ ਤਰ੍ਹਾਂ ਕੁਮਾਰੇ ਰਹਿ ਜਾਣਗੇ। ਹੁਣ ਸਾਡੇ ਬੇਟੇ ਦਾ ਵਿਆਹ ਹੈ, ਹਰ ਇੱਕ ਮਾਂ ਬਾਪ ਨੂੰ ਖੁਸ਼ੀ ਹੁੰਦੀ ਹੈ ਵੀ ਬੱਚੇ ਦੇ ਵਿਆਹ 'ਤੇ ਆਪਾਂ ਢੋਲ ਢਮਕ ਕੇ ਬਹੁਤ ਕੁਛ ਕਰਗੇ। ਸਾਡੇ ਸਿਰਫ 15 ਰਿਸ਼ਤੇਦਾਰ ਆਏ ਨੇ, ਅਸੀਂ ਕੋਈ ਨਹੀਂ ਬੁਲਾਇਆ, ਸਾਡੇ ਘਰ ਦੇ ਸਾਰੇ 10 ਮੈਂਬਰ ਨੇ, 15 ਸਾਡੇ ਰਿਸ਼ਤੇਦਾਰ ਨੇ, ਸਾਡੇ 30 ਚੋਂ ਵਿੱਚੋਂ ਸਾਡੇ 15 ਹੀ ਬਰਾਤ ਜਾਣਗੇ। ਯਾਨੀ ਕਿ ਸਾਰੇ ਰਿਲੇਟਿਵ ਹਰੇਕ ਨੂੰ ਹੁੰਦਾ ਵੀ ਮੈਂ ਜਾਵਾਂ, ਇਸੇ ਕਰਕੇ ਸਾਡੇ ਸਾਰੇ ਬੀਬੀਆਂ, ਸਾਡੀਆਂ ਸਾਰੀਆਂ ਭੈਣਾਂ, ਸਾਰੀਆਂ ਇਸ ਗੱਲੋਂ ਅਸੀਂ ਸਭ ਤੋਂ ਲੰਬਾ ਲੈ ਰੱਖਿਆ, ਸਾਡਾ ਸਿੰਪਲ ਵਿਆਹ ਹੈ, ਇਸ ਕਰਕੇ ਅੱਜ ਅਸੀਂ ਕਿਸੇ ਨੂੰ ਨਹੀਂ ਨਾਲ ਲੈ ਕੇ ਜਾ ਰਹੇ। ਉੱਥੇ ਕੁੜੀ ਵਾਲਾ ਵੱਲੋਂ ਕਿਸ ਤਰ੍ਹਾਂ ਦਾ ਪਰਵਾਹ? ਕੁੜੀ ਵਾਲੀਆਂ ਵੱਲੋਂ ਵੀ ਮਾਂ ਬਾਪ ਅਤੇ ਬਸ 5 ਪਰਿਵਾਰ ਹੁੰਦੇ, ਸਿੰਪਲ ਸਾਡਾ ਵਿਆਹ ਹੈ ਕਿਸਾਨੀ ਝੰਡੇ ਨਾਲ ਵਿਆਹ, ਸਾਡਾ ਇਸ ਗੱਲ 'ਤੇ ਰੋਸ ਮਾਰ ਕੇ ਸਾਡਾ ਬਹੁਤ ਜ਼ਿਆਦਾ ਹੈ ਵੀ ਅੱਜ ਸਾਡੇ ਮੋਦੀ ਸਰਕਾਰ ਨੇ ਸਾਡੇ ਨਾਲ ਇੰਨਾ ਧੱਕਾ ਕਰਿਆ ਵੀ ਅੱਜ ਅਸੀਂ ਬੱਚਿਆਂ ਦਾ ਵਿਆਹ ਵੀ ਖੁਸ਼ੀ ਨਾਲ ਕਰਨਾ। ਸਾਡਾ ਵੀ ਤਾਂ ਮਾਂ ਬਾਪ ਦਾ ਫਰਜ਼ ਬਣਦਾ ਵੀ ਪੈਲਸ 'ਚ ਇਕੱਠ ਕਰਕੇ ਬੱਚਿਆਂ ਦਾ ਪਿਆਰ ਦੇ ਕੇ, ਪਰ ਅੱਜ ਅਸੀਂ ਕੁਛ ਨਹੀਂ ਕਰ ਰਹੇ, ਇਸ ਕਰਕੇ ਅਸੀਂ ਇਹਦੀ ਮੰਮੀ ਵੀ ਨਾਲ ਨਹੀਂ ਜਾ ਰਹੀ, ਮੈਂ ਮਤਲਬ ਕਿ ਇਹਦੀ ਮਾਸੀ ਹਾਂ, ਪਰ ਅਸੀਂ ਨਾਲ ਨਹੀਂ ਜਾ ਰਹੇ, ਇਸ ਕਰਕੇ ਇਹਦਾ ਡੈਡੀ ਹੈ, ਬ੍ਰਦਰ ਹੈ, ਇਹਨਾਂ ਨੂੰ ਜਾਣਾ ਪਊਗਾ ਮਜਬੂਰੀ ਕਰਨ। ਇੱਕ ਮਾਮਾ ਜੀ ਨੇ ਬਸ 5-7 ਤਾਏ ਚਾਚੇ ਨੇ ਵੀ ਇੰਨਾ ਕੁ ਕਰਵਾ ਲਿਆ। ਮੈਨੂੰ ਵੀ ਲੱਗਦਾ ਜਿਵੇਂ ਕਰੋਨਾ ਮਹਾਂਮਾਰੀ ਕਰਕੇ ਕਹਿ ਰਹੇ ਕਿ 20 ਬੰਦੇ ਹੀ ਕਿਸੇ ਸਮਾਗਮ 'ਚ ਜਾ ਸਕਦੇ ਆ, ਉਹ ਪਖੰਡ ਹੈ ਕਿ ਵਾਕਈ ਬਿਮਾਰੀ? ਉਹ ਪਖੰਡ ਹੈ, ਬਿਲਕੁਲ ਪਖੰਡ ਹੈ, ਇਸੇ ਕਰਕੇ ਦਿੱਲੀ ਕਰੋਨਾ ਕਿਉਂ ਨਹੀਂ ਹੈਗੀ? ਇੰਨੇ ਕਿਸਾਨ ਉੱਥੇ ਜਾ ਰਹੇ ਨੇ, ਉਹਨਾਂ ਵਾਰੀ ਕਰੋਨਾ ਕਿੱਧਰ ਗਈ ਦਿੱਲੀ ਵਾਰੀ? ਠੀਕ ਹੈ ਨਾ, ਬੰਗਲਾਦੇਸ਼ 'ਚ ਉੱਥੇ ਕਰੋਨਾ ਕਿੱਧਰ ਗਈ? ਇਹ ਦੱਸਣ ਮੋਦੀ ਸਾਹਿਬ ਵੀ ਉੱਥੇ ਕਰੋਨਾ ਕਿੱਧਰ ਗਈ, ਉੱਥੇ ਕਰੋਨਾ ਕਿਉਂ ਨਹੀਂ ਹੈਗੀ? ਇਹਦਾ ਕਰਕੇ ਵੀ ਆਪਣੀ ਇੰਡੀਆ 'ਚ ਕਰੋਨਾ ਆ ਗਈ। ਹੁਣ ਜਿਵੇਂ ਕਿਸਾਨੀ ਸੰਘਰਸ਼ 'ਤੇ ਚੱਲ ਰਿਹਾ, ਤੁਸੀਂ ਹੋਰ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਪੰਜਾਬ ਦੇ ਜਿੰਦਗੀ? ਸਿੰਪਲ ਵਿਆਹ ਤੁਸੀਂ ਕਹਿ ਰਹੇ ਹੋ, ਚਲੋ ਮੰਨਿਆ ਕਿ ਖੁਸ਼ੀਆਂ ਹੁੰਦੀਆਂ, ਢੋਲ ਢਮਾਕੇ ਕਰਕੇ ਸਾਰੇ ਪਕਾਉਂਦੇ ਆ, ਇੱਕ ਪਾਸੇ ਆਪਾਂ ਉਹਦਾ ਦੂਜਾ ਪੱਖ ਦੇਖੀਏ, ਉਹਦਾ ਖਰਚਾ ਵੀ ਹੁੰਦਾ ਹੈ। ਜੇ ਆਪਾਂ ਅੱਜ ਇਹ ਵਿਆਹ ਕੀਤਾ ਤਾਂ ਇੱਕ ਸਾਦੇ ਵਿਆਹ ਦੇ ਨਾਲ ਬਹੁਤ ਪੈਸੇ ਦੀ ਬੱਚਤ ਵੀ ਹੁੰਦੀ ਹੈ, ਉਹ ਚੀਜ਼ ਤੁਸੀਂ ਕਿਵੇਂ ਦੇਖਦੇ ਹੋ? ਪੈਸੇ ਦੀ ਬੱਚਤ ਇਹੀ ਹੁੰਦੀ ਹੈ, ਹਰ ਥਾਂ ਮਹਿੰਗਾਈ ਹੈ, ਸਿਲੰਡਰ ਮਹਿੰਗਾਈ ਕਰਤੀ, ਤੇਲ ਮਹਿੰਗਾਈ ਕਰਤੀ, ਆਉਣ ਵਾਲੇ ਭਵਿੱਖ 'ਚ ਬਣੂਗੀ ਬੱਚਾ, ਆਪਾਂ ਕਿਸ ਤਰ੍ਹਾਂ ਉਹਨਾਂ ਨਾਲ ਪਾਲਣ ਪੋਸ਼ਣ ਕਰਾਂਗੇ ਬੱਚਿਆਂ ਦਾ? ਮਹਿੰਗਾਈ ਸਭ ਕੁਛ ਦੀ ਹੋਈ ਜਾਂਦੀ ਹੈ, ਆਮਦਨ ਹੈ ਨਹੀਂ, ਇਨਕਮ ਹੈ ਨਹੀਂ, ਵੀ ਆਪਾਂ ਬੱਚਿਆਂ ਨੂੰ ਫਿਰ ਕਿਸ ਤਰ੍ਹਾਂ ਪਾਲਾਂਗੇ? ਜੇ ਆਪਾਂ ਕੰਟਰੋਲ ਕਰਾਂਗੇ ਤਾਂ ਇਸੇ ਕਰਕੇ ਆਪਣਾ ਥੋੜ੍ਹਾ ਜਿਹਾ ਭਵਿੱਖ ਅੱਗੇ ਵਧੇਗਾ। ਚਲੋ, ਪਹਿਲਾਂ ਅਸੀਂ ਦਿੱਲੀ ਸੀ, ਦਿੱਲੀ ਤੋਂ ਆਏ ਹਾਂ, ਸਾਡਾ ਸਾਰਿਆਂ ਨੇ ਦੇਖੋ ਫਰਜ਼ ਬਣਦਾ ਜਾਣ ਦਾ, ਜੋ ਵੀ ਗੱਲ ਹੋਈ ਆ ਹੁਣ ਜਿਵੇਂ ਦੀਪ ਸਿੱਧੂ ਅਤੇ ਲੱਖੇ ਸਾਹਣੇ ਬਾਰੇ ਆ, ਉਹਦੇ ਕਾਰਨ ਥੋੜ੍ਹਾ ਬਹੁਤਾ ਫਰਕ ਪਿਆ ਗਾ, ਅਤੇ ਸਾਡਾ ਸਾਰਿਆਂ ਦਾ ਹੁਣ ਫਿਰ ਤੋਂ ਇੱਕਜੁੱਟ ਹੋਣ ਦਾ ਵੀ ਜਿਹੜੀਆਂ ਗੱਲਾਂ ਹੋ ਗਈਆਂ ਉਹਨਾਂ ਨੂੰ ਭੁਲਾ ਕੇ ਵੀ ਸਾਰਿਆਂ ਦਾ ਇੱਕਜੁੱਟ ਹੋਣ ਦਾ ਬਣਦਾ। ਅਸੀਂ ਦਿੱਲੀ ਤੋਂ ਆਏ ਹਾਂ, 21-22 ਦਿਨ ਲੱਗ ਗਏ ਹਾਂ, ਪਰ ਹੁਣ ਮੇਰੇ ਮਾਮੇ ਜੀ ਦਾ ਵਿਆਹ ਸੀਗਾ ਜੀ, ਬਸ ਇੱਕ ਦਿਲ ਤਾਂ ਸਾਡਾ ਦਿੱਲੀ ਬੈਠਾ ਜੀ, ਅਤੇ ਹੁਣ ਬਸ ਇੱਕ ਅਸੀਂ ਬਰਾਤ ਜਾ ਰਹੇ ਹਾਂ ਜੀ, ਕੋਈ ਸਿੰਪਲ ਵਿਆਹ ਕੋਈ ਪ੍ਰੋਬਲਮ ਨਹੀਂ ਜੀ, ਅਤੇ 15-20 ਦਿਨ ਜਾ ਰਹੇ ਹਾਂ ਬਰਾਤ ਜੀ, ਨਹੀਂ ਬਹੁਤ ਘੱਟ ਕਰ ਲਿਆ, ਬਸ ਠੀਕ। ਬਹੁਤ ਬਹੁਤ ਧੰਨਵਾਦ।